ਨਾਲ ਨੈਸ਼ਨਲ ਹੋਈ ਸੀ ਕਿੱਕ ਬਾਕਸਿੰਗ ਦੀ ਫੈਡਰੇਸ਼ਨ ਦੀ, ਅਤੇ ਉਹਦੇ ਵਿੱਚ ਇਹ ਗੋਲਡ ਮੈਡਲ ਲਾਇਆ ਤਾ ਜੀ। ਇਸ ਤੋਂ ਬਾਅਦ ਇਹਦੀ ਸਿਲੈਕਸ਼ਨ ਹੋਈ ਆ ਵਰਲਡ ਚੈਂਪੀਅਨਸ਼ਿਪ ਹੰਗਰੀ ਦੇ ਵਿੱਚ, ਇਹ ਖੇਲਣ ਜਾਏਗੀ ਹੰਗਰੀ। ਹਾਂਜੀ, ਛੇ ਸਾਲ ਤੋਂ ਲੱਗੀ ਹੋਈ ਹੈ ਪ੍ਰੈਕਟਿਸ ਕਰਨ। ਇਹ ਸਟੇਟ ਇੱਕੋ ਹੀ ਸਟੇਟ ਆਈ ਆ, ਪਹਿਲੇ ਸਕੂਲ ਗੇਮ ਦੇ ਵਿੱਚੋਂ 4 ਸਟੇਟਾਂ ਆਈਆਂ ਇਹਦੀਆਂ, ਸਟੇਟ ਦੇ ਵਿੱਚੋਂ ਗੋਲਡ, ਔਰ ਇੱਕ ਨੈਸ਼ਨਲ ਆ, ਹੁਣ ਇਹ ਵਰਲਡ ਚੈਂਪੀਅਨਸ਼ਿਪ ਲਈ ਸਿਲੈਕਟ ਹੋਈ ਹੈ ਜੀ। ਤੁਹਾਨੂੰ ਬਹੁਤੀਆਂ ਬਹੁਤੀਆਂ ਪੂਰੇ ਹਰਿਆਣੇ ਨੂੰ। ਹਾਂਜੀ, ਬੇਟੀ ਦਾ ਨਾਮ ਹੈਗਾ ਜੀ ਰਿਤਿਕਾ, ਮੈਂ ਇਹਦਾ ਫਾਦਰ ਹਾਂ, ਅਤੇ ਇਹਦੇ ਕੋਚ ਹੈਗੇ ਯੋਗੀ ਸਰ ਹੁਸ਼ਿਆਰਪੁਰ ਤੋਂ। ਹਾਂਜੀ, ਅਤੇ ਰਿਤਿਕਾ ਲਈ ਮੈਨੂੰ ਆਪਣੇ ਦਿਲੋਂ ਬਹੁਤ ਜ਼ਿਆਦਾ ਖੁਸ਼ੀ ਹੈ, ਅਤੇ ਨੰਬਰ 2 ਦੇ ਉੱਤੇ ਅੱਜ ਢੋਲ ਸਿਰਫ ਹਰਿਆਣੇ 'ਚ ਵੱਜਣ ਡਏ ਆ, ਅਤੇ ਕੱਲ੍ਹ ਨੂੰ ਸਾਰੇ ਪੂਰੇ ਦੇਸ਼ 'ਚ ਵੱਜਣਗੇ ਇਸ ਕੁੜੀ ਦੇ ਨਾਂ ਕਰਕੇ। ਇਸ ਕਰਕੇ ਇਹਦੀ ਹੱਲਾਸ਼ੇਰੀ ਬਹੁਤ ਜ਼ਰੂਰੀ ਬਣਦੀ ਹੈ, ਭਾਅ ਜੀ ਵਜਾਓ ਢੋਲ। ਥੈਂਕ ਯੂ ਜੀ, ਥੈਂਕ ਯੂ। ਅੱਜ ਸਾਡੇ ਹਰਿਆਣੇ ਦੇ ਵਿੱਚ ਪਹਿਲੀ ਵਾਰ ਗੋਲਡ ਮੈਡਲ ਸਾਡੀ ਕੁੜੀ ਲੈ ਕੇ ਆਈ ਆ, ਔਰ ਸਾਰੇ ਹਰਿਆਣੇ ਦੇ ਵਿੱਚ ਸਾਡੇ ਹਰਿਆਣੇ ਦਾ ਨਾਮ ਇਸਨੇ ਬਹੁਤ ਉੱਚਾ ਰੋਸ਼ਨ ਕੀਤਾ, ਅਤੇ ਸਾਡੇ ਸ਼ਹਿਰ ਦੇ ਵਿੱਚ ਖੁਸ਼ੀ ਦੀ ਲਹਿਰ ਆ, ਔਰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਭ ਦਾ। ਆਪਾਂ ਆਪਣੀ ਬੇਟੀ ਰਿਤਿਕ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ, ਜਿਹੜਾ ਇੱਕ ਹਰਿਆਣੇ ਦਾ ਨਾਂ ਪੂਰੇ ਪੰਜਾਬ ਦਾ ਨਾਮ ਮਸ਼ਹੂਰ ਕੀਤਾ ਜੀ। ਅਤੇ ਬਾਕੀ ਅੱਗੇ ਹੁਣ ਜਿਹੜਾ ਨੈਸ਼ਨਲ ਖੇਲਣ ਜਾਣਾ, ਇੰਟਰਨੈਸ਼ਨਲ ਜਿਹੜਾ ਖੇਲਣ ਜਾਣਾ, ਉੱਥੇ ਤਾਂ ਆਪਾਂ ਇਹਨੂੰ ਜਿੱਤਣ ਦੀਆਂ ਉੱਥੇ ਪਹਿਲਾਂ ਹੀ ਵਧਾਈਆਂ ਦਿੰਦੇ ਹਾਂ। ਬਹੁਤ ਬਹੁਤ ਮੁਬਾਰਕਾਂ ਦਿੰਦਾ, ਇਹ ਅੱਗੇ ਤੋਂ ਵੀ ਆਪਣੇ ਇੰਟਰਨੈਸ਼ਨਲ ਜਿਹੜਾ ਮੈਡਲ ਜਿੱਤ ਕੇ ਲਿਆਵੇ, ਆਪਣੇ ਹਰਿਆਣੇ ਦਾ, ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰੇ। ਜੈ। ਜਦੋਂ ਸਾਨੂੰ ਪਤਾ ਲੱਗਾ ਕਿ ਸਾਡੀ ਬੇਟੀ ਗੋਲਡ ਮੈਡਲ ਸਿਲੀਗਿਰੀ ਤੋਂ ਜਿੱਤ ਕੇ ਆਈ ਹੈ, ਇੱਕ ਹਰਿਆਣੇ ਦੀ ਸ਼ਾਨ ਹੈ। ਖਾਸ ਕਰ ਸਾਨੂੰ ਮੈਨੂੰ ਬੜੀ ਇੰਨੀ ਖੁਸ਼ੀ ਹੋਈ ਹੈ, ਕਿਉਂਕਿ ਸਾਡੀ ਗਲੀ ਦੀ ਆ, ਮੇਰੀ ਪੋਤੀ ਲੱਗਦੀ ਆ, ਕਿ ਇਹ ਇਹੋ ਜਿਹਾ ਮੈਡਲ ਜਿੱਤ ਕੇ ਆਈ ਹੈ, ਸਾਡੇ ਸ਼ਹਿਰ ਵਾਸਤੇ, ਸਾਡੇ ਬਾਕੀ ਲੋਕਾਂ ਵਾਸਤੇ ਪ੍ਰੇਰਨਾ ਦਾ ਸਰੋਤ ਬਣੇਗੀ। ਜਿਹੜੇ ਲੋਕ ਨਸ਼ਾ ਦੇ ਬਲ ਚਲੇ ਆ, ਉਹ ਇਹ ਜਿਹੜੀ ਬੱਚੀ ਆ ਉਹਨਾਂ ਨੂੰ ਰਾਹ ਦੱਸੇਗੀ ਕਿ ਚਲ ਇਸ ਲਾਈਨ ਵਿੱਚ ਆਓ, ਤਾਂ ਕਿ ਆਪਣਾ ਸ਼ਹਿਰ ਦਾ ਨਾਂ ਵੀ ਰੋਸ਼ਨ ਹੋਵੇ, ਦੇਸ਼ ਦਾ ਨਾਂ ਵੀ ਰੋਸ਼ਨ ਹੋਵੇ, ਮਾਂ ਪਿਓ ਦਾ ਵੀ ਨਾਂ ਰੋਸ਼ਨ ਹੋਵੇ। ਜਿਹੜੇ ਬੱਚੇ ਨਸ਼ਿਆਂ 'ਚ ਪਏ ਆ, ਖਾਸ ਕਰ ਉਹਨਾਂ ਨੂੰ ਇਹ ਸੋਰਸ ਆਫ ਇੰਸਪੀਰੇਸ਼ਨ ਹੋਏਗਾ, ਇਹ ਬੱਚਾ ਜਿਹੜੇ ਆ ਸਾਰੇ ਸਾਨੂੰ ਸ਼ਹਿਰ ਦੇ ਵਿੱਚ ਲਿਜਾਣਾ ਚਾਹੀਦਾ, ਇਹਨਾਂ ਨੂੰ ਦੱਸਣਾ ਚਾਹੀਦਾ, ਘੁਮਾਉਣਾ ਚਾਹੀਦਾ, ਤਾਂ ਕਿ ਬਾਕੀ ਬੱਚੇ ਵੀ ਇਹਦੇ ਸੁਣੇ। ਭਾਰਤ ਮਾਤਾ ਕੀ ਜੈ। ਹੁਣ ਦੀ ਪੋਜੀਸ਼ਨ ਦੇ ਅਨੁਸਾਰ ਰਿਤਿਕਾ ਸੈਣੀ, ਬੇਟੀ ਗੁਰਪ੍ਰੀਤ ਸਿੰਘ ਔਰ ਸਰਦਾਰ ਰਤਨ ਸਿੰਘ ਦਾਦਾ ਜੀ, ਸੋ ਸਾਰੇ ਸ਼ਹਿਰ ਵਾਸੀ, ਮਿਊਂਸਪਲ ਕਮਿਸ਼ਨਰ, ਪ੍ਰਧਾਨ ਸਾਹਿਬ, ਔਰ ਆਉਣ ਵਾਲੇ ਸਮੇਂ ਲਈ ਇਹ ਸਾਰਿਆਂ ਨੂੰ ਸਾਡੀ ਤਰਫੋਂ ਲੱਖ ਲੱਖ ਵਧਾਈ। ਸੋ ਇਸ ਬੱਚੀ ਨੇ ਆਪਣੇ ਲੈਵਲ ਤੱਕ ਗੋਲਡ ਮੈਡਲ ਸਿਲੀਗੁੜੀ ਤੋਂ ਨੈਸ਼ਨਲ ਜਿੱਤ ਕੇ ਆਈ ਹੈ, ਜਿਸ ਦੀਆਂ ਪ੍ਰਫੁੱਲਤਾ ਵਿੱਚ 4 ਚਾਂਦ ਅਤੇ ਚੋ ਵਧਾਈਆਂ ਵਾਸਤੇ ਮੈਂ ਸਤਿਕਾਰ ਕਰਦਾ ਹਾਂ, ਲੱਖ ਲੱਖ ਵਧਾਈਆਂ। ਇਸ ਬੱਚੀ ਨੇ ਨੈਸ਼ਨਲ ਪ੍ਰਤੀਯੋਗਤਾ ਵਿੱਚ ਗੋਲਡ ਮੈਡਲਿਸਟ ਜਿੱਤ ਕੇ ਦੇਸ਼ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਇਹ ਬੱਚੀ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਦੀ, ਹਰਿਆਣੇ ਦੀ ਰਹਿਣ ਵਾਲੀ ਹੈ। ਇਹ ਬੱਚੀ ਬਹੁਤ ਹੀ ਗਰੀਬ ਪਰਿਵਾਰ 'ਚੋਂ ਹੈ। ਪੰਜਾਬ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਇਸ ਪਰਿਵਾਰ ਦਾ ਹੌਸਲਾ ਅਫਜਾਈ ਕਰੇ, ਇੰਟਰਨੈਸ਼ਨਲ ਖੇਡਣ ਲਈ ਹੰਗਰੀ ਲਈ ਸਿਲੈਕਸ਼ਨ ਹੋਈ ਹੈ, ਆਪਣਾ ਅਤੇ ਆਪਣੇ ਪਰਿਵਾਰ ਦਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ।